अपना पूरा खानदान ही वलैत हैगा ता मैं ਤੁਹਾਡਾ ਆਪਣੇ ਬੋਲ ਲੈਗਾ। अच्छा अच्छा ਹੋਰ ਵਧੀਆ ਭਾਈ ਜੀ ਠੀਕ ਠਾਕ ਤੁਸੀਂ ਦੱਸੋ। ਹਾਂ ਮੇਰੇ ਹੀ ਬਾਬਾ ਜੀ ਆਪਣੇ ਯੂਕੇ ਕੈਨੇਡਾ ਕੌਣ ਕੌਣ ਗਏ ਨੇ ਕਿਹੜੇ ਨੇ? ਯੂਕੇ ਕੈਨੇਡਾ ਤਾਂ ਮੇਰੇ ਚਾਚਾ ਜੀ ਦਾ ਬੇਟਾ ਮਾਮਾ ਜੀ ਦੇ ਬੇਟੇ ਸਾਰੇ ਗਏ ਹੋਏ ਜੀ। ਪਛਾਣੀ ਪਛਾਣੀ ਲੱਗਦੀ ਆਵਾਜ਼ ਜੀ ਹੁਣ ਮੈਂ। ਹਾਂ ਤਾਂ ਕਿਹਦੇ ਨਾਲ ਆਵਾਜ਼ ਮਿਲਦੀ ਹੈ? ਹਾਂ ਵਿੱਕੀ ਨਾਲ ਤਾਂ ਨਹੀਂ ਮਿਲਦੀ ਕਿਤੇ। ਹਾਂ ਵਿੱਕੀ ਬੋਲਦਾ ਹੈ ਹੋਰ ਸੁਣਾ। ਅੱਛਾ ਵਿੱਕੀ ਪਛਾਣ ਲੈਗਾ ਹੋਰ ਸੁਣਾ। ਹੋਰ ਵਧੀਆ ਠੀਕ ਠਾਕ ਜੀ। ਘਰ ਬਾਰ ਸਭ ਵਧੀਆ ਚਲੋ। ਹਾਂਜੀ ਚਲੋ ਮੈਂ ਕਾਫੀ ਬੁਲਾ ਲਈ ਇਹਦੇ ਨਾਲ। ਕੰਮ ਬਾਰੇ ਸਿਹਤਾਂ ਬਾਰੇ ਸੁਣਾਓ ਘਰ ਦੇ ਜੀ ਸਾਰੇ ਠੀਕ ਨੇ? ਹਾਂ ਹਾਂ ਸਾਰੇ ਵਧੀਆ ਠੀਕ ਠਾਕ ਜੀ ਤੁਸੀਂ ਦੱਸੋ। ਚਲੋ ਜੀ ਤੇ ਮੈਂ ਇੱਥੇ ਨਾ ਦਫ਼ਤਰ ਦਫ਼ਤਰ ਦਾ ਨੰਬਰ ਹੈਗਾ ਨਾ ਇੱਥੇ ਫਿਰ ਕੰਪਨੀ ਵਾਲੇ ਫਿਰ ਨਾ ਮੈਂ ਤੁਹਾਨੂੰ ਕਹਿੰਦਾ ਫਿਰ ਆਪਣਾ ਪਰਸਨਲ ਨੰਬਰ ਦਾ ਨੰਬਰ ਹੈ ਸੇਵ ਨੰਬਰ ਹੀ ਸੇਵ ਕਰ ਲਿਓ ਨਵਾਂ ਨੰਬਰ ਲਿਆ ਹੈਗਾ। ਠੀਕ ਹੈ ਕਰ ਲਿਓ। ਦੋਸਤੋ ਜਿਹੜੇ ਆ ਪਾਕਿਸਤਾਨ ਵਾਲੇ ਵੀਰ ਆਪਾਂ ਵੀਰ ਹੀ ਕਹਾਂਗੇ ਹੈ ਤਾਂ ਇਹ ਫਰੋਡ ਕਰਦੇ ਆ ਧੋਖਾ ਕਰਦੇ ਆ। ਇਹਨਾਂ ਦੀ ਫੇਕ ਕਾਲ ਪਹਿਲਾਂ ਆ ਚੁੱਕੀ ਹੈ ਅਤੇ ਹੁਣ ਦੂਰੀ ਵਾਰ ਮੈਨੂੰ ਫਿਰ ਫੇਕ ਕਾਲ ਆਊਗੀ। ਦੇਖਦੇ ਹਾਂ ਵੀ ਆਪਾਂ ਇਹਨਾਂ ਨੂੰ ਕਿੱਦਾਂ ਮੂਰਖ ਬਣਾਉਣੇ ਆ। ਹੁਣ ਇਹ ਪਹਿਲਾਂ ਤਾਂ ਕਿਸੇ ਹੋਰ ਨੰਬਰ ਤੋਂ ਕਾਲ ਆਈ ਸੀਗੀ ਅਤੇ ਹੁਣ ਇਹ ਕਿਸੇ ਹੋਰ ਨੰਬਰ ਤੋਂ ਕਾਲ ਕਰ ਰਿਹਾ ਕਰੂਗਾ ਅਤੇ ਮੈਂ ਰਾਤ ਮਾਘੀ ਤੋਂ ਆਇਆ 12-1 ਵਜੇ ਘਰ ਆਇਆ ਅਤੇ ਥੱਕਿਆ ਪਿਆ ਸੀ ਪਰ ਇਹਨਾਂ ਦਾ ਇਹ ਕਹਿ ਰਹੇ ਸ਼ਾਇਦ ਡਾਲਰਾਂ ਵਾਲੇ ਫੋਨ ਮੈਨੂੰ ਲੱਗਦਾ। ਮੈਂ ਕਿਹਾ ਚੱਲ ਕਿਉਂ ਨਾ ਆਪਾਂ ਸੁਣੀਏ ਦੇਖਦੇ ਹਾਂ ਕਿੱਦਾਂ ਠੱਗੀ ਮਾਰਦੇ ਲੋਕਾਂ ਨਾਲ ਕਰ ਲਈ। ਦੋਸਤੋ ਕਾਲ ਆ ਚੁੱਕੀ ਆ ਅਤੇ ਆਪਾਂ ਚੱਕਦੇ ਹਾਂ। ਕਿੱਥੋਂ ਚੱਕੀ ਜਾਊਗੀ? ਹੈਲੋ ਵਿੱਕੀ ਬੋਲਦਾ ਹੋਰ ਸੁਣਾ? ਠੀਕ ਹੈ ਠੀਕ ਹੈ ਵਧੀਆ ਜੀ ਵਿੱਕੀ। ਹੋਰ ਸੁਣਾ ਚੰਗੀ ਮਾੜੀ ਘਰ ਦਾ ਪਰਿਵਾਰ ਸਾਰਾ ਠੀਕ ਆ? ਆਪਣਾ ਘਰ ਵਧੀਆ ਪੂਰੇ ਬੁੱਲੇ ਲੁੱਟਦੇ ਪਏ। ਅੱਛਾ ਬੁੱਲੇ ਲੁੱਟਦੇ ਹੋਰ ਨਾ ਨਾ ਲੜਿਆ ਕਰ? ਨਹੀਂ ਨਹੀਂ ਲੜਦੇ ਕਿੱਥੇ ਗਏ? ਲੜਦੇ ਕਿਹਦੇ ਨਾਲ? ਲੜਦੇ ਹੀ ਨਹੀਂ ਆਪਾਂ ਤਾਂ ਕਿਸੇ ਨਾਲ। ਤਾਂ ਹੁਣ ਤਾਂ ਕਹਿਣ ਲੱਗਾ ਸੀ ਕਿ ਬੁੱਲੇ ਲੜਦੇ ਪਏ ਆ ਤੇ ਬੁੱਲੇ ਲੁੱਟਣਾ ਵੀ ਨਜ਼ਾਰੇ ਲੈਣੇ ਪਏ। ਅੱਛਾ ਹੋਰ ਤੁਸੀਂ ਸੁਣਾਓ ਕੀ ਟਰੱਕ ਟਰੁੱਕ ਵਾਲਾ ਕੰਮ ਵਧੀਆ ਚੱਲਦਾ? ਬਸ ਠੀਕ ਚੱਲੀ ਜਾ ਰਿਹਾ। ਤੂੰ ਸੁਣਾ ਆਪਣੇ? ਤੇ ਕਿਹੜੇ ਹੁਣ ਓਨਟੇਰੀਓ ਚੋਂ ਕਿ ਕਿੱਥੇ ਮੋਂਟਰੀਅਲ ਚ? ਮੋਂਟਰੀਅਲ ਚ ਹੈ ਮਿੰਟਰੀ ਚ ਹਾਂ। ਪਹਿਲਾਂ ਟਰੱਕ ਚਲਾਉਂਦਾ ਸੀ ਤੂੰ? ਫਿਰ ਟਰੱਕ ਚਾ ਲੱਗਾ ਸੀ ਹੁਣ ਟਰੱਕ ਦੇ ਪਿੱਛੇ ਰਹਿਣਾ ਕੋਈ ਹੋਰ ਕੰਮ ਵੀ ਬੰਦਾ ਹੱਥ ਮਾਰ ਲਵੇ ਦੂਏ ਪਾਸੇ। ਹਾਂ ਹਾਂ ਉਹ ਤਾਂ ਹੈਗਾ ਹੀ ਆ ਯਾਰ। ਮਿੰਟਰੀ ਚ ਮਿਲ ਜਾਂਦੀ ਨੌਕਰੀ ਕੈਨੇਡਾ ਚ? ਬਸ ਮੈਂ ਲੱਭੀ ਗਈ ਆ ਕਿਵੇਂ ਨਾ ਕਿਵੇਂ ਕਰਕੇ ਬੰਦਾ ਫੜ ਹੀ ਲਿਆ ਸੀ ਇੱਕ। ਫਿਰ ਉਹਦੇ ਨਾਲ ਸਵਾਰਸ ਪਾ ਕੇ ਪੂ ਕੇ ਹੋਇਆ ਬੰਦਾ ਹੱਥ ਪੈ ਹੀ ਜਾਂਦਾ ਬੰਦੇ ਦਾ ਕਿਧਰ ਹੈ ਕਿਧਰ ਹੈ। ਅੱਛਾ ਅੱਛਾ ਸਿਫਾਰਿਸ਼ ਤਾਂ ਮੈਂ ਕਿਹਾ ਇੱਥੇ ਇੰਡੀਆ 'ਚ ਆਪਣੇ ਚੱਲਦੀ ਹੈ ਉੱਥੇ ਬਾਹਰਲੇ ਦੇਸ਼ਾਂ 'ਚ ਕਾਹਦੀ ਸਿਫਾਰਿਸ਼ ਪੈਂਦੀ ਹੈ? ਉੱਥੇ ਤਾਂ ਪੈਂਦੀ ਹੀ ਨਹੀਂ ਸਿਫਾਰਿਸ਼ ਕਿ ਪੈ ਜਾਂਦੀ ਹੈ ਐਵੇਂ ਪੈ ਜਾਂਦੀ ਆ। ਫਿਰ ਤੈਨੂੰ ਪਤਾ ਫਿਰ ਜਿਹੜੇ ਬੰਦੇ ਪੁਰਾਣੇ ਹੁੰਦੇ ਆ ਨਾ ਫਿਰ ਕਿਤੇ ਨਾ ਕਿਧਰੇ ਬੰਦੇ ਦਾ ਹੋ ਹੀ ਜਾਂਦਾ ਸਿਸਟਮ ਬਾਹਰਲੇ ਪੈਂਦੀ ਕੋਈ ਨਹੀਂ। ਫਿਰ ਰਿਸ਼ਵਤ ਇੰਨੀ ਤਾਂ ਫਿਰ ਰਿਸ਼ਵਤ ਥੋੜ੍ਹੀ ਲੱਗੀ ਦੀ ਹੁੰਦੀ ਆ ਸਿਫਾਰਿਸ਼ ਹੀ ਹੁੰਦੀ ਆ ਫਿਰ ਬੰਦੇ ਦਾ ਕਿਧਰੇ ਨਾ ਕਿਧਰੇ ਹੱਥ ਪੈ ਜਾਂਦਾ। ਅੱਛਾ ਅੱਛਾ ਤੇ ਹੋਰ ਵਧੀਆ ਕੀ ਭਰਾ ਨੂੰ ਕਿਵੇਂ ਯਾਦ ਕਰ ਲਿਆ? ਅੱਜ ਹੁਣ ਆਉਣ ਲੱਗਾ ਸੀ ਮੈਂ ਆਉਣਾ ਸੀ 20 ਤਰੀਕ ਨੂੰ। ਅੱਛਾ ਮੈਂ ਕਿ ਪੁੱਛ ਲੈਂਦੇ ਆ ਵਾ ਕੇ ਸ਼ਾਇਦ ਦੀ ਸੇਵਾ ਕਰੀਏ ਕਿਹੜੇ ਸ਼ਾਇਦ ਤੁਹਾਡੇ ਵਾਸਤੇ ਲੈ ਕੇ ਆਈ। ਬੱਲੇ ਅੱਜ ਤਾਂ ਫਿਰ ਬੜਾ ਵੱਡਾ ਦਿਲ ਕੱਢਿਆ। ਹਾਂ ਬੜਾ ਵੱਡਾ ਦਿਲ ਕੱਢਿਆ ਕਿ ਜਿਹੜਾ ਦਿਲ ਨਾਲ ਲਿਖੇ ਦੀ ਗੱਲ ਆ ਯਾਰ ਮੈਨੂੰ ਇਹ ਦੱਸ ਆਪਣੇ ਜਿਹੜੇ ਵੀ ਹੁਣ ਸਾਰਾ ਕੁਝ ਆਪਾਂ ਇੱਥੇ ਛੱਡ ਜਾਣਾ। ਆਪਾਂ ਕਹਿੰਦਾ ਨਾਲ ਲੈ ਕੇ ਤੁਰ ਜਾਣਾ ਇਹ ਪਿਆਰ ਮੁਹੱਬਤ ਚਾਹਤ ਹੀ ਪਿੱਛੇ ਰਹਿਣੀ ਆ ਜਿਹੜੀ ਕੰਮ ਆਣੀ ਆ ਬੰਦੇ ਨੂੰ ਖਾ ਕੇ ਤੇ ਰੋਟੀ। ਗਰੀਬ ਵੀ ਮਾੜਾ ਵੀ ਸੌਂਦਾ ਰੋਟੀ ਉਹੀ ਖਾਂਦਾ ਤੇ ਵੱਡਾ ਵੀ ਉਹੀ ਰੋਟੀ ਖਾਂਦਾ। ਹਾਂ ਹਾਂ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਕਿ ਬੰਦੇ ਨੂੰ ਪਿੱਛੇ ਕੋਈ ਬੰਦਾ ਯਾਦ ਕਰੇ ਕਿ ਕੋਈ ਪਿਆਰ ਮੁਹੱਬਤ ਚਾਹਤ ਇਹੀ ਪਿੱਛੇ ਰਹਿ ਜਾਂਦੀ ਹੈ ਸਾਰਾ ਕੁਛ ਇੱਥੇ ਰਹਿ ਜਾਣਾ ਡਾਲਰ ਪਾਉਂਡ ਪੈਸਾ ਇਹ ਜਿਹੜਾ ਨਾਲ ਤੁਰ ਜਾਣਾ ਨਾਲ। ਹਾਂ ਹਾਂ ਉਹ ਛੱਡ ਜਾਣਾ ਆਪਾਂ। ਹੋਰ ਵਧੀਆ
ਤੁਸੀਂ ਕਦੋਂ ਆਉਣਾ ਫਿਰ 20 ਤਰੀਕ ਨੂੰ ਆ ਰਹੇ ਹੋ ਹਾਂ 20 ਤਰੀਕ ਨੂੰ ਆ ਰਿਹਾ ਮੈਂ ਕਿਹਾ ਪੁੱਛ ਲੈਣਾ ਹਾਂ ਉਹਨਾਂ ਕੋਲ ਹਾਂ ਕਿਹੜੀ ਸ਼ਾਇਦ ਦੀ ਸੇਵਾ ਰੱਖਦੇ ਹੋ ਕਿਹੜੀ ਸ਼ਾਇਦ ਤੁਹਾਡੇ ਵਾਸਤੇ ਲੈ ਕੇ ਆਈ ਮੈਂ ਵੇਖ ਲੈ ਕੋਈ ਕੋਈ ਫੋਨ ਫਾਨ ਹੀ ਲੈ ਆ ਕੋਈ ਫੋਨ ਹੀ ਮੇਰੇ ਕੋਲ ਤਾਂ ਫੋਨ ਹੀ ਟੁੱਟਿਆ ਜਾ ਚਲੋ ਕੋਈ ਗੱਲ ਨਹੀਂ ਫੋਨ ਲੈ ਆਵਾਂਗੇ ਹੋਰ ਹੋਰ ਸੁਣਾ ਠੀਕ ਠਾਕ ਰਹਿੰਦਾ ਹਾਂ ਹਾਂ ਕਿ ਚਲੋ ਥੋੜੀ ਜਿਹੀ ਮੈਂ ਕਿਹਾ ਸ਼ੋਪਿੰਗ ਕਰ ਲੈਂ ਮੈਂ ਕਿਹਾ ਚਲੋ ਥੋੜੀ ਜਿਹੀ ਮੈਂ ਕਿਹਾ ਸ਼ੋਪਿੰਗ ਕਰ ਲੈਂਦਾ ਨਾਲ ਮੈਂ ਇੱਧਰ ਆਇਆ ਸੀ ਬੈਂਕ ਵਾਲੇ ਪਾਸੇ ਥੋੜੀ ਜਿਹੀ ਪਰੇਸ਼ਾਨੀ ਬਣ ਗਈ ਸੀ ਆਪਾਂ ਨੂੰ ਅੱਛਾ ਪਰੇਸ਼ਾਨ ਮੈਂ ਕਿਹਾ ਉਹ ਥੋੜੀ ਜਿਹੀ ਪੇਮੈਂਟ ਸੀ ਉਹ ਇੱਧਰ ਪਾਉਣੀ ਸੀ ਥੋੜੀ ਜਿਹੀ ਅੱਛਾ ਅੱਛਾ ਅਸੀਂ ਆਪਣਾ ਇੱਕ ਦੋਸਤ ਬਣਿਆ ਹਾਂ ਦੋਸਤ ਬਣਿਆ ਸੀ ਕੋਈ ਭਾਈਚਾਰਾ ਬਣਿਆ ਉਹਦੇ ਨਾਲ ਬੜਾ ਔਖਾ ਟਾਈਮ ਆਪਣਾ ਕਢਾਇਆ ਉਹਨੇ ਤੇ ਫਿਰ ਉਹ ਜਿਵੇਂ ਵੱਡਿਆਂ ਦੀ ਕਹਾਵਤ ਹੈ ਨਾ ਕੋਈ 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 ਤਾਂ ਭਲਾ ਕਰਦਾ ਤਾਂ ਉਹਦਾ ਵਾਧੂ ਕਰੂ ਹੈ ਤੇ ਉਹ ਫਿਰ ਗੱਲ ਇਹੀ ਬਣ ਗਈ ਤੇ ਉਹ ਮੁੰਡਾ ਸੀ ਨਾ ਦੋਸਤ ਬਣਿਆ ਸੀ ਭਾਈਚਾਰਾ ਉਹਦੇ ਪਿੱਛੇ ਨਾ ਉਹਦੇ ਡੈਡੀ ਨੂੰ ਹੋ ਗਿਆ ਸੀ ਦਿਲ ਦਾ ਅਟੈਕ ਹਾਰਟ ਅਟੈਕ ਹੋਇਆ ਸੀ ਰਾਤ ਨੂੰ ਅੱਛਾ ਉਹ ਰਾਤ ਨੂੰ ਅਟੈਕ ਹੋਇਆ ਨਾ ਦਿਲ ਦਾ ਤੇ ਫਿਰ ਉਹਨਾਂ ਨੇ ਉਹਨਾਂ ਦੇ ਘਰੀ ਦਵਾਈ ਬੂਟੀ ਕੀਤੀ ਜਿਹੜਾ ਨੀ ਉਹ ਡਾਕਟਰ ਕੋਲ ਲੈ ਕੇ ਗਏ ਅੱਛਾ ਡਾਕਟਰਾਂ ਨੇ ਅਸੀਂ ਜਵਾਬ ਉਹਨਾਂ ਆਖਿਆ ਮਰੀਜ਼ ਤੁਹਾਡਾ ਸੀਰੀਅਸ ਆ ਤੇ ਦਵਾਈ ਬੂਟੀ ਨਾਲ ਕੰਮ ਕੋਈ ਨੀ ਚੱਲਣਾ ਜਵਾਬ ਦਿੱਤਾ ਦਵਾਈ ਬੂਟੀ ਨਾਲ ਕੰਮ ਕੋਈ ਨੀ ਤੁਰਨਾ ਉਹ ਮੁੰਡਾ ਗਿਆ ਸੀ ਬੈਂਕ ਚ ਪੇਮੈਂਟ ਪਾਉਣ ਵਾਸਤੇ ਜਿਹੜਾ ਦਿੱਲੀ ਬਣਿਆ ਨਾ ਬੈਂਕ ਚ ਗਿਆ ਪੇਮੈਂਟ ਪਾਉਣ ਵਾਸਤੇ ਤੇ ਘਰੇ ਦੇ ਦਿੱਤਾ ਸੀ ਉਹਨਾਂ ਨੇ ਬੈਂਕ ਵਾਲਾ ਦੇ ਦਿੱਤਾ ਸੀ ਜਵਾਬ ਉਹਨਾਂ ਆਖਿਆ ਮਰੀਜ਼ ਤੁਹਾਡਾ ਸੀਰੀਅਸ ਆ ਤੇ ਉਹਨਾਂ ਆਖਿਆ ਯਾਰ ਮੈਨੂੰ ਪਸੀਨਾ ਜਿਵੇਂ ਕਰਕੇ ਤੇ ਮੇਰੀ ਪੇਮੈਂਟ ਇਧਰੋਂ ਮੈਂ ਪਾਉਣੀ ਆ ਉਹਨਾਂ ਆਖਿਆ ਗੱਲ ਇਸ ਤਰ੍ਹਾਂ ਬੈਂਕ ਵਾਲਾ ਆਖਿਆ ਸਾਨੂੰ ਦਿੱਤਾ ਕਾਨੂੰਨ ਦਾ ਇੱਥੋਂ ਦਾ ਬਾਹਰ ਦਾ ਕਾਨੂੰਨ ਆ ਜਿਹੜਾ ਬੰਦਾ ਨਵਾਂ ਨਵਾਂ ਆਉਂਦਾ ਨਵਾਂ ਨਵਾਂ ਆਉਂਦਾ ਤੇ ਉਹ ਘੱਟੋ ਘੱਟ 10 ਤੋਂ 15 ਦਿਨਾਂ ਬਾਅਦ ਜਾ ਕੇ ਬੈਂਕ ਦਾ ਕਾਰਡ ਬਣਦਾ ਤੇ ਤਾਂ ਜਾ ਕੇ ਪੈਸਾ ਪਵਾ ਸਕਦਾ ਤੂੰ ਆਇਆ ਨਵਾਂ ਨਵਾਂ ਤੇਰਾ 10 ਦਿਨ ਚ ਅਸਾਂ ਰਿਕਾਰਡ ਚੈੱਕ ਕਰਾਂਗੇ ਬਾਇਓਡੇਟਾ ਚੈੱਕ ਕਰਕੇ ਫਿਰ ਤੈਨੂੰ ਬੈਂਕ ਦਾ ਕਾਰਡ ਬਣਾ ਕੇ ਦੇਣਾ 10 ਦਿਨਾਂ ਬਾਅਦ ਮੇਰਾ ਸਾਰੇ ਚ ਹੀ HDFC ਚ PNB ਚ ਸਟੇਟ ਬੈਂਕ ਆਫ ਇੰਡੀਆ ਚ ਸਾਰਿਆਂ ਚ ਹੀ ਆ ਹਾਂ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਵਿੱਚ ਜਿਹੜਾ ਅਕਾਊਂਟ ਚੱਲਦਾ ਨਾ ਹਾਂ ਜਿਹੜਾ ਅਕਾਊਂਟ ਠੀਕ ਆ ਨਾ ਤੇ ਉਹਦਾ ਫੋਟੋ ਮੈਨੂੰ ਪਾ ਦੇ ਠੀਕ ਹੈ ਇਸੇ ਨੰਬਰ ਤੇ ਆ ਨੰਬਰ ਸੇਵ ਕਰ ਲਈ ਠੀਕ ਹੈ ਠੀਕ ਹੈ ਤੇ ਉਹ ਫੋਟੋ ਮੈਨੂੰ ਪਾ ਦੇ ਫਿਰ ਮੈਂ ਹੁਣੇ 5 ਮਿੰਟਾਂ ਚ ਪੇਮੈਂਟ ਪਵਾ ਕੇ ਨਾ ਫਿਰ ਤੈਨੂੰ ਕਾਲ ਕਰਦਾ ਹਾਂ ਤੇ ਬਾਕੀ ਗੱਲਬਾਤ ਕਰਦੇ ਆ ਬਾਅਦ ਚ ਹੈ ਥੋੜਾ ਜਲਦੀ ਕਰਿਆ ਪਰੇਸ਼ਾਨੀ ਬਾਲੇ ਬਣੀ ਆ ਹੈ ਤੇ ਉਹ ਮੁੰਡਾ ਬੜਾ ਪਰੇਸ਼ਾਨ ਆ ਤੇ ਉਹਦੀ ਪੇਮੈਂਟ ਪਾਉਣੀ ਹੈ ਇਧਰੋਂ ਅਕਾਊਂਟ ਪਾ ਦਿਓ ਮੈਨੂੰ ਹੈ ਅਕਾਊਂਟ ਤਾਂ ਮੈਂ ਲਿਖ ਲਓ ਤੁਸੀਂ ਅਕਾਊਂਟ ਮੈਂ ਹੁਣੇ ਐਵੇਂ ਹੀ ਦੱਸ ਦਿੰਨਾ ਕਾਪੀ ਪਾ ਦਿਓ ਨਾ ਕਾਪੀ ਪਾ ਦਿਓ ਬੈਂਕ ਦੀ ਤੁਹਾਨੂੰ ਪਤਾ ਹੈ ਪੇਮੈਂਟ ਇਧਰੋਂ ਪਵਾਉਣੀ ਹੈ ਤੁਸੀਂ ਬੈਂਕ ਦੀ ਕਾਪੀ ਪਾ ਦਿਓ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਨੰਬਰ ਹੁਣੇ ਹੀ ਕਿੰਨੇ ਕੁ ਪਵਾਉਣੇ ਪੈਸੇ 7-8 ਲੱਖ ਰੁਪਇਆ ਬਲਣਾ ਜ਼ਿਆਦਾ ਨਹੀਂ ਆ ਉਹ ਇੰਨੇ ਪਵਾਉਣੇ ਤੁਹਾਨੂੰ ਪਤਾ ਖਰਚਾ ਇੰਨੇ ਪਵਾਉਣੇ ਮੈਨੂੰ ਕੋਈ ਰੇਡ ਰੋਡ ਤਾਂ ਨਹੀਂ ਪੈਂਦੀ ਇਨਕਮ ਟੈਕਸ ਦੀ ਵੀ ਕਿੱਥੋਂ ਪੈਸੇ ਆਏ ਤੇਰੇ ਖਾਤੇ 'ਚ ਲੈ ਦੱਸ ਆ ਨਹੀਂ ਤੂੰ ਸਾਰਾ ਕੁਝ ਕਲੀਅਰ ਕਰਕੇ ਤੂੰ ਸਾਰਾ ਕੁਝ ਕਲੀਅਰ ਕਰ ਕਰਕੇ ਮੈਂ ਪੈਸਾ ਪਵਾਣਾ ਤੁਸੀਂ ਲਸਰ ਅੱਗੇ ਜਾ ਕੇ ਕਢਾਣਾ ਕੋਈ ਟੈਕਸ ਤੂੰ ਯਾਰ ਮੇਰੇ ਖਾਤੇ ਤਾਂ 1000 ਰੁਪਇਆ ਵੀ ਸਾਰਾ ਕਲੀਅਰ ਹੋਣਾ ਮੇਰੇ ਖਾਤੇ ਤਾਂ 1000 ਰੁਪਇਆ ਵੀ ਨਹੀਂ ਹੁੰਦਾ ਤਾਂ 7-8 ਲੱਖ ਰੁਪਇਆ ਕਿਵੇਂ ਤੁਸੀਂ ਆ ਜਾਓ ਉਹ ਕੰਮ ਹੀ ਨਾ ਗਲਤ ਹੋ ਜੇ ਕਿਤੇ ਆ ਨਹੀਂ ਹੁੰਦਾ ਇਧਰੋਂ ਸਾਰਾ ਕੁਝ ਕਲੀਅਰ ਕਰਕੇ ਮੈਂ ਪੈਸੇ ਪਾਵਾਂਗਾ ਇਹ ਜੋ ਕਰੋੜਾਂ ਦੀ ਟ੍ਰਾਂਜੈਕਸ਼ਨ ਆ ਪੈਸੇ ਤੁਸੀਂ ਪਵਾਓਗੇ ਮੇਰੇ ਮੇਰੇ ਖਾਤੇ ਚ ਹਾਂਜੀ ਹਾਂਜੀ ਮੈਂ ਇਧਰੋਂ ਤੁਹਾਡੇ ਅਕਾਊਂਟ ਚ ਪੇਮੈਂਟ ਲਵਾਉਂਗਾ ਤੇ ਤੁਸੀਂ ਕਢਾ ਕੇ ਫਿਰ ਉਹਨਾਂ ਦਾ ਅੱਗੂ ਬੰਦਾ ਆ ਜਾਊਗਾ ਉਹਨਾਂ ਨੂੰ ਕਢਾ ਕੇ ਤੁਸੀਂ ਦੇ ਦੇਣੀ ਹੈ ਪੇਮੈਂਟ ਵੀ ਸਾਰੀ ਉਹਨਾਂ ਨੂੰ ਤੇ ਉਹ ਬੰਦੇ ਦਾ ਨਹੀਂ ਅਕਾਊਂਟ ਹੈਗਾ ਵੀ ਜਿਹਦੇ ਜਿਹਦੇ ਵਿੱਚ ਦੂਜਾ ਵੀ ਸਿੱਧਾ ਪੈ ਜੇ ਨਹੀਂ ਉਹਨਾਂ ਦਾ ਅਕਾਊਂਟ ਹੁੰਦਾ ਤਾਂ ਫਿਰ ਮੈਂ ਤੇਰੇ ਵਾਲ ਕਾਲ ਕਿਉਂ ਲਾਣੀ
बस तू बस इन्ना भरा है नहीं फिर हम तू मेरा भी मेरे बस आई काम करने वास्ते तू सारा टैक्स तू चल मेरी गल सुन भरा